ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਸੰਬੰਧੀ ਲਗਾਇਆ ਲੰਗਰ। ਸਫਾਈ ਸੇਵਕ ਯੂਨੀਅਨ ਗੁਰਾਇਆਂ ਵੱਲੋਂ ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੇਨ ਚੌਕ ਗੁਰਾਇਆਂ ਵਿਖੇ ਲੰਗਰ ਲਗਾਇਆ ਗਿਆ। ਇਸ ਮੌਕੇ ਚੇਅਰਮੈਨ ਸੁਦੇਸ਼ ਕੁਮਾਰ ਬਿੱਲਾ, ਵਾਈਸ ਪ੍ਰਧਾਨ ਸੰਜੀਵ ਨਾਹਰ, ਕੈਸ਼ੀਅਰ ਸੋਮਨਾਥ, ਵਾਈਸ ਪ੍ਰਧਾਨ ਰਾਜੇਸ਼ ਕਈ, ਮਨਦੀਪ ਸਹੋਤਾ, ਧਰਮਿੰਦਰ ਕੁਮਾਰ ਸਾਬੀ, ਰਾਜੂ ਜਸਲ, ਮੇਰ ਕੁਮਾਰ, ਸੁੰਦਰ ਰਾਮ, ਗੁਰਪ੍ਰੀਤ ਗੋਪੀ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ। ਭਗਵਾਨ ਵਾਲਮੀਕ ਮਹਾਰਾਜ ਜੀ ਦੇ ਜਨਮ ਦਿਵਸ ਦੇ ਸੰਬੰਧ ਦੇ ਵਿੱਚ ਅੱਜ ਨਗਰ ਕੌਂਸਲ ਗੁਰਾਇਆਂ ਦੀ ਸਫਾਈ ਸੇਵਕ ਯੂਨੀਅਨ ਵੱਲੋਂ ਗੁਰਾਇਆ ਸ਼ਹਿਰ ਵਿਖੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਮਹਾਰਾਜ ਜੀ ਨੂੰ ਭੋਗ ਲਵਾਉਣ ਉਪਰੰਤ ਲੰਗਰ ਜਿਹੜਾ ਆ ਸੰਗਤਾਂ ਦੇ ਵਿੱਚ ਸੇਵਕਾਂ ਵੱਲੋਂ ਵਰਤਾਇਆ ਜਾ ਰਿਹਾ ਹੈ। ਮੈਂ ਆਪਣੇ ਵੱਲੋਂ ਅੱਜ ਭਗਵਾਨ ਵਾਲਮੀਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਨਮ ਦਿਵਸ 'ਤੇ ਸਮੂਹ ਜਗਤ ਨੂੰ, ਸਾਰੇ ਭਾਈਚਾਰੇ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਪੇਸ਼ ਕਰਦਾ ਹਾਂ ਅਤੇ ਸਾਰੇ ਹੀ ਭਾਈਚਾਰੇ ਨੂੰ ਇਹ ਅਪੀਲ ਕਰਦਾ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਦਿੱਤੇ ਹੋਏ ਪੂਰਨਿਆਂ 'ਤੇ ਆਪਾਂ ਚੱਲੀਏ ਅਤੇ ਆਪਣਾ ਜੀਵਨ ਸਫਲ ਬਣਾਈਏ। ਇੱਕ ਵਾਰ ਫਿਰ ਮੈਂ ਆਪਣੇ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਜੈ ਜਾਂ ਆਪਣੇ ਪ੍ਰਕਾਸ਼ ਉਤਸਵ 'ਤੇ ਬਹੁਤ ਬਹੁਤ ਵਧਾਈਆਂ ਪੇਸ਼ ਕਰਦਾ ਹਾਂ। ਜੈ ਗੁਰਦੇਵ, ਧੰਨ ਗੁਰਦੇਵ, ਜੈ ਵਾਲਮੀਕੀ, ਹਰ ਹਰ ਵਾਲਮੀਕੀ, ਜੈ ਭੀਮ। ਸਤਿ ਸ਼੍ਰੀ ਅਕਾਲ। ਭਗਵਾਨ ਵਾਲਮੀਕੀ ਜੀ ਪ੍ਰਗਟ ਦਿਵਸ 'ਤੇ ਪਹਿਲਾਂ ਤਾਂ ਸਫਾਈ ਸੇਵਕ ਯੂਨੀਅਨ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ, ਨਗਰ ਵਾਸੀਆਂ ਨੂੰ ਲੱਖ ਲੱਖ ਵਧਾਈ। ਔਰ ਅੱਜ ਮੇਨ ਚੌਂਕ ਗ੍ਰਾਇਆਂ ਦੇ ਵਿੱਚ ਸਫਾਈ ਸੇਵਕ ਯੂਨੀਅਨ ਅਤੇ ਸਾਰੇ ਮੈਂਬਰ ਸਾਹਿਬਾਨ ਨੇ ਲੰਗਰ ਦੀ ਬਹੁਤ ਸੋਹਣੀ ਵਿਵਸਥਾ ਕੀਤੀ ਹੈ ਔਰ ਲੰਗਰ ਭੋਗ ਲਾਉਣ ਤੋਂ ਬਾਅਦ ਸੰਗਤਾਂ ਦੇ ਵਿੱਚ ਵਰਤਾਇਆ ਜਾ ਰਿਹਾ ਹੈ ਔਰ ਸੰਗਤਾਂ ਦੇ ਵਿੱਚ ਬੜੀ ਖੁਸ਼ੀ ਵੀ ਲੈ ਰਿਹਾ। ਔਰ ਜਿੰਨੀ ਸੰਗਤ ਆ ਮੇਨ ਚੌਂਕ ਦੇ ਵਿੱਚ ਆ ਕੇ ਲੰਗਰ ਛਕ ਰਹੀ ਹੈ ਔਰ ਇਹ ਸਫਾਈ ਸੇਵਕ ਯੂਨੀਅਨ ਵੱਲੋਂ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ।